ਹਾਂਜੀ, ਕੀ ਹਾਲ ਆ ਜੀ? ਠੀਕ ਠਾਕ ਹੋ ਜੀ? ਸਾਰੇ ਵੀਡੀਓ ਵੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਪਹਿਲੇ ਤਾਂ। ਅਤੇ ਅੱਜ ਆਪਾਂ ਗੱਲ ਕਰਾਂਗੇ ਸੱਚ ਦੀ ਅਤੇ ਹੱਕ ਦੀ, ਠੀਕ ਹੈ ਜੀ? ਆਪਾਂ ਕਿਸੇ ਵੱਲ ਦੀ ਕੋਈ ਗੱਲ ਨਹੀਂ ਕਰਦੇ ਗੇ। ਦੇਖੋ ਜੀ, ਗੱਲ ਇਸ ਤਰ੍ਹਾਂ ਹੁੰਦੀ ਆ, ਅਸੀਂ ਕਹਾਵਤਾਂ ਸੁਣਦੇ ਹੁੰਦੇ ਸੀ ਪਹਿਲਾਂ ਪੁਰਾਣੇ ਬਜ਼ੁਰਗਾਂ ਦੀਆਂ। ਉਹਨਾਂ ਨੇ ਕਹਿਣਾ ਵੀ ਆਪਦੇ ਘਰ ਲੱਗੀ ਹੋਵੇ ਨਾ ਤਾਂ ਅੱਗ ਹੁੰਦੀ ਆ, ਅਤੇ ਦੂਜੇ ਦੇ ਘਰ ਲੱਗੀ ਹੋਵੇ ਤਾਂ ਬਸੰਤਰ। ਤਾਂ ਉਦੋਂ ਪੁੱਛਦੇ ਰਹਿਣਾ ਐਵੇਂ ਵੀ ਇਹਦਾ ਮਤਲਬ ਕੀ ਹੁੰਦਾ, ਇੱਦਾਂ ਕਿਉਂ ਹੁੰਦਾ, ਹੈ ਨਾ? ਅਤੇ ਬਜ਼ੁਰਗ ਦੱਸਦੇ ਵੀ ਹੁੰਦੇ ਸੀਗੇ, ਅਤੇ ਹੁਣ ਸੁੱਖ ਨਾਲ ਆਪਾਂ ਵੀ ਉੱਧਰ ਨੂੰ ਤੁਰੇ ਹੋਏ ਹਾਂ, ਅਤੇ ਹੁਣ ਪਤਾ ਲੱਗਦਾ ਵੀ ਉਹ ਗੱਲਾਂ ਦਾ ਮਤਲਬ ਕੀ ਹੁੰਦਾ ਆ। ਹੱਕ ਅਤੇ ਸੱਚ ਦੀ ਗੱਲ ਕਰੀਏ ਆਪਾਂ। ਸੱਚ ਦੀ ਗੱਲ ਇਸ ਤਰ੍ਹਾਂ, ਕੋਈ ਤਕੜਾ ਬੰਦਾ ਉਹਦੀ ਗੱਲ ਤਾਂ ਸੁਣੀ ਜਾਂਦੀ ਆ, ਲੇਕਿਨ ਜਿਹੜਾ ਮਾੜਾ ਬੰਦਾ ਆ ਉਹਦੀ ਗੱਲ ਦੀ ਸੁਣਾਈ ਕਿਉਂ ਨਹੀਂ ਹੁੰਦੀ ਗੀ? ਕੀ ਕਾਰਨ? ਇਹਦਾ ਮਤਲਬ ਸਰਕਾਰਾਂ ਜਾਂ ਅਸੀਂ ਖੁਦ ਵੀ ਉਸੇ ਪਾਸੇ ਨੂੰ ਜਾਂਦੇ ਹਾਂ ਕਿ ਜਿੱਧਰ ਚਾਰ ਛਿੱਲੜ ਦੇਖਦੇ ਹਾਂ, ਜਾਂ ਜਿਹਦੀ ਡਾਂਗ ਨਰੋਈ ਆ, ਜਾਂ ਜਿਹੜਾ ਪੈਸੇ ਵਾਲਾ ਬੰਦਾ ਕਹਿ ਲਓ ਵੀ ਅਸੀਂ ਉਹਦੇ ਵੱਲ ਹੀ ਤੁਰਨਾ, ਜਿਹੜਾ ਮਾੜਾ ਬੰਦਾ ਗਰੀਬ ਬੰਦਾ ਅਸੀਂ ਉਹਦੇ ਨਾਲ ਨਹੀਂ ਤੁਰਨਾ ਗਾ। ਇੱਕ ਪਾਸੇ ਤਾਂ ਦੇਖੋ ਜੀ, ਮੋਦੀ ਸਾਹਿਬ ਵੀ ਹੈ ਨਾ, ਵੀ ਆਪਣੇ ਪ੍ਰਧਾਨ ਮੰਤਰੀ ਸਾਹਿਬ ਵੀ ਕਹਿ ਰਹੇ ਆ ਕਿ ਬੇਟੀ ਪੜ੍ਹਾਓ ਅਤੇ ਬੇਟੀ ਬਚਾਓ, ਅਤੇ ਦੂਜੇ ਪਾਸੇ ਜੋ ਕੁਛ ਹੋ ਰਿਹਾ ਬੇਟੀਆਂ ਦੇ ਨਾਲ ਸਾਰਿਆਂ ਨੂੰ ਪਤਾ ਹੀ ਆ, ਉਹਨਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਨਸ਼ੇ ਹੱਦੋਂ ਵੱਧ ਗਏ, ਉਹਨਾਂ ਦਾ ਕੋਈ ਪਤਾ ਨਹੀਂ। ਬਸ ਚੌਧਰਾਂ ਚਾਹੀਦੀਆਂ ਸਾਰਿਆਂ ਨੂੰ ਵੀ ਅਸੀਂ ਚੌਧਰੀ ਹੋਈਏ। ਵੀ ਚਲੋ ਕੋਈ ਨਹੀਂ, ਕੋਈ ਗੱਲ ਨਹੀਂ, ਮੈਂ ਤਾਂ ਇਹ ਵੀ ਨਹੀਂ ਕਹਿੰਦਾ ਵੀ ਚੌਧਰੀ ਹੋਵੋ, ਬਹੁਤ ਵਧੀਆ ਗੱਲ ਆ, ਚੌਧਰੀ ਹੋਣਾ ਵੀ ਚਾਹੀਦਾ ਕਿਸੇ ਨਾ ਕਿਸੇ ਨੂੰ, ਪਰ ਫਿਰ ਸਾਰਿਆਂ ਵਾਸਤੇ ਇੱਕੋ ਜਿੱਕਾ ਹੋਵੇ ਨਾ। ਫਿਰ ਇਹ ਥੋੜ੍ਹੀ ਆ ਵੀ ਇੱਕ ਵਾਸਤੇ ਤਾਂ ਇੱਕ ਨਾਲ ਤਾਂ ਖੜ ਗਏ ਹਾਂ, ਠੀਕ ਆ, ਤਕੜਾ ਬੰਦਾ ਉਹਦੇ ਨਾਲ ਤਾਂ ਅਸੀਂ ਖੜ ਗਏ ਹਾਂ ਕਿਉਂਕਿ ਸਾਨੂੰ ਤਾਂ ਉੱਤੇ ਲੋੜ ਪੈਣੀ ਆ, ਅਤੇ ਫਿਰ ਦੂਜੇ ਲੋਕਾਂ ਨਾਲ ਅਸੀਂ ਕਿਉਂ ਨਹੀਂ ਖੜਦੇ? ਮੈਂ ਗੱਲ ਕਰ ਰਿਹਾ ਵੀਰ ਦਵਿੰਦਰ ਸਿੰਘ ਜੀ, ਸੰਤ ਸਪਾਈ ਸਟੈਡੀ ਲੁਧਿਆਣਾ ਵਾਲੇ। ਰੰਗਰੇਟੇ ਦੇ ਕੇਸ ਤੋਂ ਪਹਿਲਾਂ, ਗੁਰਿੰਦਰ ਰੰਗਰੇਟਾ ਜਿਹੜਾ ਗੁਰਿੰਦਰ, ਉਹਦੇ ਕੇਸ ਤੋਂ ਪਹਿਲਾਂ ਇਹਨਾਂ ਭਾਅ ਜੀ ਹੁਣਾਂ ਨੇ ਕੇਸ ਲਾਇਆ ਸੀ। ਇਹ ਕੁਛ ਬੋਲੇ ਸੀ ਆਪਣੀ ਵੀ, ਆਪਣੇ ਚੈਨਲ 'ਤੇ ਵੀ ਇਹਨਾਂ ਦੀ ਉਹ ਵੀਡੀਓ ਪਈ ਆ। ਇਹਨਾਂ ਨੇ ਕੋਈ ਗੱਲ ਕੀਤੀ ਸੀਗੀ ਤਾਂ ਬੜੇ ਭੱਦੇ ਭੱਦੇ ਕਮੈਂਟ ਆਏ ਸੀਗੇ। ਅਕਸਰ ਮੈਨੂੰ ਵੀ ਇੱਦਾਂ ਕਮੈਂਟ ਆਉਂਦੇ ਆ ਵੀ ਇਹ ਬੰਦਾ ਜਿਹੜਾ ਇਹ ਫੇਮ ਲੈਣ ਨੂੰ ਫਿਰਦਾ। ਦੇਖੋ ਜੀ, ਗੱਲ ਹੈਗੀ ਆ ਫੇਮ ਲੈਣ ਦੀ ਗੱਲ, ਫੇਮ ਕਿਹਨੂੰ ਨਹੀਂ ਚਾਹੀਦਾ? ਕਿਹੜਾ ਬੰਦਾ ਕਹਿੰਦਾ ਵੀ ਮੈਨੂੰ ਚਾਰ ਬੰਦੇ ਜਾਣ ਦੇਣਾ? ਹੁਣ ਹਰ ਬੰਦਾ ਚਾਹੁੰਦਾ ਵੀ ਮੈਨੂੰ ਯਾਰ ਚਾਰ ਬੰਦੇ ਮੁਹੱਲੇ ਦੇ ਤਾਂ ਜਾਣਦੇ ਹੁਣ, ਘੱਟ ਤੋਂ ਘੱਟ ਜਿਹਨੂੰ ਕੋਈ ਬੰਦਾ ਜਾਣਦਾ ਹੀ ਨਹੀਂ ਗਾ ਵੀ ਯਾਰ ਆਹ ਵੀ ਬੰਦਾ ਹੈਗਾ, ਤਾਂ ਫਿਰ ਉਹਦਾ ਮਤਲਬ ਕਿ ਤੁਸੀਂ ਲਾਉਂਦੇ ਹੋ ਕੋਈ ਹਿਸਾਬ ਕਿਤਾਬ? ਇਹ ਸਭ ਫੇਮ ਦਾ ਹੀ ਚੱਕਰ ਆ ਨਾ, ਜੋ ਤੁਸੀਂ ਵੇਖ ਰਹੇ ਆ, ਜਿਨ੍ਹਾਂ ਦੇ ਨਾਲ ਤੁਸੀਂ ਤੁਰੇ ਫਿਰਦੇ ਹੋ, ਉਹ ਸਾਰੇ ਫੇਮ ਵਾਸਤੇ ਹੈ ਨਾ। ਇੱਜ਼ਤ ਕਿਹਨੂੰ ਨਹੀਂ ਚਾਹੀਦੀ? ਦੌਲਤ ਸ਼ੋਹਰਤ ਕਿਹਨੂੰ ਨਹੀਂ ਚਾਹੀਦੀ ਗੀ? ਮਾਨ ਵਾਂਗੂ ਤਾਨ ਵਾਂਗੂ ਧਨ ਲਖਮੀ ਸੁੱਤ ਦੇ ਕਿਹਨੂੰ ਨਹੀਂ ਚਾਹੀਦਾ? ਸਾਡੇ ਗੁਰੂਆਂ ਨੇ ਅਰਦਾਸਾਂ ਕੀਤੀਆਂ ਆ ਮਾਲਕ ਦੇ ਅੱਗੇ ਵੀ ਮੈਨੂੰ ਇਹ ਦੇ, ਮੈਨੂੰ ਚਾਹੀਦਾ, ਮੈਨੂੰ ਮੇਰਾ ਸਟੈਂਡਰਡ ਹੋਣਾ ਚਾਹੀਦਾ, ਮੇਰੇ ਪੁੱਤਰ ਵੀ ਹੋਣਾ ਚਾਹੀਦਾ, ਮੇਰੇ ਕੋਲ ਮਾਇਆ ਵੀ ਹੋਣੀ ਚਾਹੀਦੀ ਆ। ਮਾਇਆ ਦੇ ਨਾਲ ਇੱਜ਼ਤ ਹੁੰਦੀ ਆ ਬੰਦੇ ਦੀ, ਬਸ ਗੱਲ ਉਹੀ ਰਹਿ ਜਾਂਦੀ ਨਾ ਵੀ ਜਿਹਦੇ ਕੋਲ ਮਾਇਆ ਉਹਦੀ ਇੱਜ਼ਤ ਆ। ਚਲੋ, ਮੈਂ ਇੱਕ ਤੁਹਾਨੂੰ ਵੀਡੀਓ ਵਿਖਾਉਣਾ, ਵੀਡੀਓ ਜ਼ਰੂਰ ਵੇਖਣਾ, ਔਰ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਆ। ਬਾਕੀ ਮੈਂ ਕਿਸੇ ਦੇ ਪੱਖ 'ਚ ਨਹੀਂ ਬੋਲਦਾ, ਕਿਸੇ ਦੇ ਵਿਰੋਧ 'ਚ ਨਹੀਂ ਬੋਲਦਾ, ਜਿੱਦਾਂ ਕਿਸੇ ਦਾ ਸੂਤ ਆਉਂਦਾ ਕਰੀ ਜਾਂਦਾ, ਮਨ ਤਾਂ ਕੋਈ ਹੈ ਨਹੀਂਗਾ, ਪਰ ਲੇਕਿਨ ਫਿਰ ਵੀ ਕੁਛ ਹੱਕ ਦੀਆਂ ਇੱਦਾਂ ਦੀਆਂ ਕੁਛ ਗੱਲਾਂ ਹੁੰਦੀਆਂ ਆ, ਬੋਲਣਾ ਪੈਂਦਾ ਉਹਨਾਂ ਵਾਸਤੇ, ਕਹਿਣਾ ਪੈਂਦਾ ਆ। ਹੋ ਸਕਦਾ ਮੇਰੇ ਕਹਿਣ ਨਾਲ ਜਾਂ ਕਿਸੇ ਦੂਸਰੇ ਭਰਾ ਦੇ ਕਹਿਣ ਨਾਲ ਕਿਸੇ ਦੇ ਪੱਲੇ ਪੈ ਜੇ ਗੱਲ, ਕਿਸੇ ਦੇ
ਕਿਸੇ ਨੂੰ ਐਂ ਲੱਗੇ ਵੀ ਹਾਂ ਇਹ ਠੀਕ ਆ, ਖੜਨਾ ਚਾਹੀਦਾ ਮਾੜੇ ਬੰਦੇ ਦੇ ਨਾਲ। ਆ ਜਾਓ ਆਪਾਂ ਵੀਡੀਓ ਚਾਲੂ ਕਰ ਲੈਂਦੇ ਹਾਂ, ਕਰਦੇ ਹਾਂ ਗੱਲਬਾਤ ਆਪਾਂ। ਫਿਰ ਗੱਲਬਾਤ ਹੈਗੀ ਇਸ ਤਰ੍ਹਾਂ ਕਿ ਮੈਂ ਹੁਣੇ ਆਇਆ ਸੀਗਾ ਕੰਮ ਤੋਂ, ਬਾਹਰੋਂ ਕੰਮ ਤੋਂ ਆਏ ਸੀਗੇ, ਦੋ ਕੇਸੀ ਸੀਗੇ ਕੱਢਣ ਵਾਲੇ ਕਿਸੇ ਦੇ, ਕੱਢ ਕੇ ਰੱਖ ਕੇ ਆਏ। ਅਤੇ ਉਹ ਕੰਮ ਕਰਿਆ ਕਰੋ, ਦੇਖੋ ਪਹਿਲੀ ਗੱਲ ਕੰਮ, ਜੇ ਕੰਮ ਪਹਿਲਾਂ ਕੰਮ, ਠੀਕ ਆ, ਪਹਿਲਾਂ ਆਪਣਾ ਕੰਮ ਕਰਨਾ, ਬਾਕੀ ਸਾਰਾ ਕੁਝ ਬਾਅਦ ਦੇ ਵਿੱਚ। ਪਹਿਲਾਂ ਆਪਣਾ ਸਿਸਟਮ ਦੇਖਣਾ ਵੀ ਚੱਲਦਾ ਆ, ਜੇ ਨਹੀਂ ਚੱਲਦਾ ਤਾਂ ਕੰਮ ਕਰੋ ਭਾਈ, ਸਿੱਧੀ ਜੀ ਗੱਲ ਆ। ਕਿਸੇ ਨੇ ਤੁਹਾਨੂੰ ਕੁਛ ਨਹੀਂ ਦੇਣਾ, ਕੱਖ ਨਹੀਂ ਦੇਣਾ ਗਾ, ਭੁੱਲ ਜਾਓ ਇਸ ਗੱਲ ਨੂੰ। ਅਤੇ ਗੱਲ ਇਸ ਤਰ੍ਹਾਂ ਸੀ ਵੀ ਮੈਂ ਆਇਆ ਅਤੇ ਮੈਂ ਬਸ ਇੱਦਾਂ ਵੀਡੀਓ ਵੇਖੀ ਜਾਂਦਾ ਸੀ, ਅਤੇ ਇੱਕਦਮ ਮੈਂ ਜਦੋਂ ਪੇਜ ਖੋਲਿਆ ਭਾਅ ਜੀ ਉਹਨਾਂ ਦਾ, ਅਤੇ ਵੀਡੀਓ ਸੀਗੀ, ਮੈਂ ਚਲੋ ਕਰਦੇ ਹਾਂ ਗੱਲਬਾਤ ਥੋੜ੍ਹੀ ਜੀ। ਆ ਜਾਓ ਆਪਾਂ ਵੀਡੀਓ ਚਾਲੂ ਕਰ ਲੈਂਦੇ ਹਾਂ, ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੱਖ ਸੰਗਤ ਜੀ, ਆਪ ਸਭ ਨੂੰ ਪਤਾ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕੁਝ ਕੜੰਮ ਚੌਧਰੀਆਂ ਦੇ ਖਿਲਾਫ, ਕੁਝ ਮੰਦਬੁੱਧੀ ਇਨਸਾਨਾਂ ਦੇ ਖਿਲਾਫ, ਜਿਨ੍ਹਾਂ ਦੇ ਅੰਦਰ ਮੱਸੇ ਰੰਗੜ ਦੀ ਰੂਹ ਜਿਹੜੀ ਆ ਪ੍ਰਵੇਸ਼ ਕਰ ਚੁੱਕੀ ਹੈ, ਉਹਨਾਂ ਨੂੰ ਬਿਲਕੁਲ ਵੀ ਜਿਹੜਾ ਵਾ ਆਪਣਾ ਪਰਾਇਆ ਨਜ਼ਰ ਨਹੀਂ ਆ ਰਿਹਾ। ਖਾਸ ਕਰਕੇ ਧੀਆਂ ਭੈਣਾਂ, ਜਿਨ੍ਹਾਂ ਨੂੰ ਸਾਡਾ ਸਮਾਜ ਕਹਿੰਦਾ ਕਿ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਵੀਡੀਓ ਸ਼ੇਅਰ ਕਰ ਦਿਓ, ਕਿਉਂਕਿ ਬਹੁਤ ਦੇਸ਼ਾਂ ਵਿਦੇਸ਼ਾਂ 'ਚ ਫੋਨ ਆਏ, ਬਹੁਤ ਭੈਣ ਭਰਾਵਾਂ ਦੇ ਫੋਨ ਆਏ ਕਿ ਹੁਕਮ ਕਰੋ ਆਪਾਂ ਕਦੋਂ ਆਈਏ, ਕਦੋਂ ਆਈਏ, ਕਦੋਂ ਆਈਏ। ਅਤੇ ਅੱਜ ਉਹ ਦਿਨ ਸਮਾਂ ਆ ਗਿਆ ਮੇਰੇ ਵੀਰੋ, ਉਹ ਦਿਨ ਆ ਗਿਆ ਹੈ। ਅਤੇ ਉਹਨਾਂ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਜਿਹਨਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੱਚ ਨੂੰ ਸੁਣਨਾ ਪਸੰਦ ਕੀਤਾ। ਅਤੇ ਧੀਆਂ ਭੈਣਾਂ ਦੀ ਇੱਜ਼ਤਾਂ ਦੇ ਜਿਹੜੇ ਰਖਵਾਲੇ ਨੇ, ਉਹਨਾਂ ਵੀਰਾਂ ਸਭ ਦਾ ਧੰਨਵਾਦ ਜਿਨ੍ਹਾਂ ਨੇ ਹਰ ਰੋਜ਼ ਫੋਨ ਕਰਕੇ ਪੁੱਛ ਰਹੇ ਨੇ ਮੇਰੇ ਵੀਰ। ਅਤੇ ਅੱਜ ਤੁਸੀਂ ਸਾਬਤ ਕਰਤਾ ਕਿ ਜਿੱਥੇ ਚਾਰ ਕੰਜਰ ਧੀਆਂ ਭੈਣਾਂ ਦੀ ਬੇਪਤੀ ਕਰਨ ਵਾਲੇ ਨੇ, ਉੱਥੇ ਬਹੁਤ ਸਾਰੇ ਭੈਣ ਭਰਾ ਇਹਨਾਂ ਧੀਆਂ ਦੀ ਪੱਤ ਟੱਟਣ ਵਾਲੇ ਵੀ ਆ। ਸਾਡਾ ਦੇਸ਼ ਕਚਕਾਂ ਨੂੰ ਪੂਜਦਾ, ਉਹਨਾਂ ਦੇ ਪੈਰ ਧੋ ਧੋ ਪੀਂਦਾ ਜੀ, ਪਰ ਕੁਝ ਗੰਦੇ ਲੋਕ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਨਾ ਨਿਰਾਦਰ ਕਰ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ। ਸੋ ਮੈਂ ਆਪਣੀ ਗੱਲ ਨੂੰ ਥੋੜ੍ਹਾ ਨੇੜੇ ਲੈ ਕੇ ਆਵਾਂ ਕਿ ਜਦੋਂ ਕੱਲ੍ਹ ਅਸੀਂ ਸੀ ਪੀ ਸਾਹਿਬ ਦੇ ਆਫਿਸ ਗਏ ਅਤੇ ਕੱਲ੍ਹ ਕੁਝ ਵੀਡੀਓ ਪੱਤਰਕਾਰਾਂ ਦੇ ਨਾਲ ਅਸੀਂ ਕੁਝ ਗੱਲਬਾਤ ਕੀਤੀ, ਤਾਂ ਮੈਂ ਇੱਕ ਭਾਵੁਕ ਹੋ ਕੇ ਇੱਕ ਚੀਜ਼ ਕਹੀ ਸੀ ਮਜਬੂਰ ਹੋ ਕੇ, ਕਿ ਪ੍ਰਸ਼ਾਸਨ ਤਾਂ ਸੁਣਦਾ ਨਹੀਂ ਪੈਣਾ ਸਾਡੀ। ਅਤੇ ਜਦੋਂ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਕਿ ਜੇਕਰ ਬਿਲਕੁਲ ਨਾ ਇਨਸਾਫ ਮਿਲਿਆ ਤਾਂ ਮੈਂ ਆਪਣੀਆਂ ਬੱਚੀਆਂ ਨੂੰ ਲੈ ਕੇ ਕਮਿਸ਼ਨਰ ਦੇ ਆਫਿਸ ਦੇ ਬਾਹਰ ਬੈਠ ਜਾਣਾ। ਅਤੇ ਅੱਜ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਜੀ ਚੀਮਾ ਸਾਹਿਬ, ਹਾਂਜੀ, ਸ਼੍ਰੋਮਣੀ ਰੰਗਰੇਟਾ ਦਲ ਭਾਰਤ ਚੇਅਰਮੈਨ ਨੇ ਉਹ, ਅਤੇ 11 ਨੈਂਗ ਸਿੰਘ ਜਥੇਬੰਦੀਆਂ ਦੇ ਜਿਹੜੇ ਉਹ ਚੇਅਰਮੈਨ ਨੇ। ਇਹਨਾਂ ਦੀ ਭਾਅ ਜੀ ਹੁਣ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਵਧੀਆ ਲੱਗਾ ਕਿ ਬਹੁਤ ਬੰਦੇ ਭਾਅ ਜੀ ਹੁਣਾਂ ਦੇ ਨਾਲ ਆ ਰਹੇ ਆ, ਔਰ ਜਾਣਾ ਵੀ ਚਾਹੀਦਾ। ਦੇਖੋ ਜੀ, ਅਸੀਂ ਤਾਂ ਇੰਨੀ ਦੂਰ ਬੈਠੇ ਹਾਂ, ਆ ਨਹੀਂ ਸਕਦੇ ਗੇ, ਠੀਕ ਆ ਜੀ। ਅਤੇ ਜਿੱਦਾਂ ਕਹਿੰਦੇ ਆ ਵੀ ਬੰਦਾ ਭਾਵੇਂ ਕਰੇ ਕੁਛ ਵੀ ਨਾ, ਅਤੇ ਨਿਕਲ ਜਿਵੇਂ ਕਹਿੰਦੇ ਆ ਵੀ ਖੜ੍ਹਾ ਹੋਵੇ ਭੈਣ ਭਰਾ ਨਾਲ, ਤਾਂ ਇੰਨਾ ਹੀ ਬਹੁਤ ਹੁੰਦਾ, ਬੜਾ ਹੌਂਸਲਾ ਹੁੰਦਾ ਹੈ ਬੰਦੇ ਨੂੰ। ਅਤੇ ਆਪਾਂ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਭਾਅ ਜੀ ਹੁਣਾਂ ਦਾ, ਭਾਅ ਜੀ ਹੁਣਾਂ ਦਾ, ਕਿ ਜਿਸ ਦੇ ਨਾਲ ਵੀ ਜਿਸ ਵੀ ਧੀ ਭੈਣ ਦੇ ਨਾਲ ਕੋਈ ਗਲਤ ਹੁੰਦਾ, ਤਾਂ ਆਪਾਂ ਨੂੰ ਸਾਥ ਦੇਣਾ ਚਾਹੀਦਾ, ਉਹਨਾਂ ਦੇ ਨਾਲ ਖੜ੍ਹਨਾ ਚਾਹੀਦਾ ਆਪਾਂ ਨੂੰ। ਉਹਨਾਂ ਦਾ ਮੈਨੂੰ ਫੋਨ ਆਇਆ ਅਤੇ ਉਹਨਾਂ ਨੇ ਆਖਿਆ ਕਿ ਦਵਿੰਦਰ ਸਿੰਘ ਗੱਲ ਅਸੀਂ ਹੈ ਨਹੀਂ ਹਾਂ, ਹੋਏ ਹੋਏ ਹੋਏ, ਇਹਨਾਂ ਹੱਥਾਂ ਦੇ ਵਿੱਚ ਅਜੇ ਜਾਨ ਆ, ਸਾਡੇ ਡੌਲਿਆਂ ਦੇ ਵਿੱਚ ਅਜੇ ਹੈਗਾ ਖੂਨ, ਹੈਗੀ ਬੜਕ, ਅਜੇ ਤੂੰ ਪਰਵਾਹ ਕਾਹਤੋਂ ਕਰਦਾ, ਸਾਡੇ ਹੁੰਦਿਆਂ ਤੈਨੂੰ ਆਪਣੀਆਂ ਧੀਆਂ ਨੂੰ
ਰੋਡ 'ਤੇ ਬਹਿਣ ਦੀ ਕੋਈ ਲੋੜ ਨਹੀਂ ਆ। ਤੇਰੀਆਂ ਧੀਆਂ ਨਹੀਂ ਇਹ ਕੌਮ ਦੀਆਂ ਧੀਆਂ। ਅਤੇ ਮਾਫ਼ ਕਰਿਓ ਸੱਜਣੋ, ਉਹਨਾਂ ਦੇ ਲਫ਼ਜ਼ ਸੁਣ ਕੇ ਨਾ ਮੇਰੇ ਅੱਖਾਂ ਦੇ ਵਿੱਚੋਂ ਪਾਣੀ ਨਿਕਲ ਆਇਆ। ਕਿਤੇ ਨਾ ਕਿਤੇ ਮਨ ਨੂੰ ਖੁਸ਼ੀ ਹੋਈ ਕਿ ਸ਼ੁਕਰ ਆ ਜੇ ਅਸੀਂ ਆਪਣੇ ਮਜ਼੍ਹਬੀ ਸਿੱਖ ਭੈਣਾਂ ਦੀ ਇੱਜ਼ਤ ਨੂੰ ਜਿਹੜੇ ਨਿਲਾਮ ਕਰਦੇ ਨੇ ਉਹਨਾਂ ਦੇ ਖਿਲਾਫ਼ ਜਿਹੜੀ ਆ ਅਸੀਂ ਇੱਕ ਮੂਹੇ ਵੱਢੀ ਆ ਅਤੇ ਸਾਡੇ ਭੈਣ ਭਰਾ ਜਾਗਰੂਕ ਹੋਏ ਨੇ। ਅਤੇ ਵਾਕਈ ਹੀ ਉਹਨਾਂ ਦੇ ਅੰਦਰ ਆਪਣੀਆਂ ਧੀਆਂ ਭੈਣਾਂ ਦੇ ਜਿਹੜੀ ਉਹਨਾਂ ਦੀ ਬੇਪਤੀ ਕਰ ਰਹੇ ਨੇ ਉਹਨਾਂ ਨੂੰ ਲੈ ਕੇ ਦਰਦ ਆ ਅਤੇ ਉਹਨਾਂ ਦਾ ਖੂਨ ਉਬਾਲੇ ਮਾਰ ਰਿਹਾ। ਸੋ ਇਸੇ ਸੰਬੰਧ ਵਿੱਚ ਅਸੀਂ ਹੁਣ ਨੋਟ ਕਰ ਲਓ ਕਿਰਪਾ ਕਰਕੇ ਅਤੇ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਚੱਲੋ, ਕਿਉਂਕਿ ਇਹ ਵੀਡੀਓ ਜਿਹੜੀ ਨਾ ਅੱਜ ਦਾ ਜਿਹੜਾ ਮੈਸੇਜ ਆ ਹਰੇਕ ਮਜ਼੍ਹਬੀ ਸਿੱਖ ਵਾਲਮੀਕੀ ਭਾਈਚਾਰਾ ਰਵਦਾਸੀਆ ਭਾਈਚਾਰਾ ਮੂਲ ਨਿਵਾਸੀਏ ਕ੍ਰਿਸਚਨ ਭਰਾ ਸਾਡੇ ਜਾਂ ਹੋਰ ਜਿੰਨੇ ਵੀ ਆ ਜਿਹੜੇ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਆ ਧੀਆਂ ਭੈਣਾਂ ਦੀ ਇੱਜ਼ਤ ਨੂੰ ਇੱਜ਼ਤ ਸਮਝਦੇ ਆ ਦੂਜੇ ਦੀਆਂ ਧੀਆਂ ਭੈਣਾਂ। ਮੈਨੂੰ ਇੱਥੇ ਇੱਕ ਗੱਲ ਯਾਦ ਆ ਗਈ ਹੈ ਇਸ ਤਰ੍ਹਾਂ ਇਨਸਾਨੀਅਤ ਦੀ ਗੱਲ, ਅਸੀਂ ਰੌਲਾ ਤਾਂ ਬਹੁਤ ਪਾਉਂਦੇ ਹਾਂ ਇਨਸਾਨੀਅਤ ਜੀ, ਇਨਸਾਨੀਅਤ ਮਰਦੀ ਜਾਂਦੀ ਹੈ ਜੀ, ਇਨਸਾਨੀਅਤ ਡੁੱਬਦੀ ਜਾਂਦੀ ਹੈ ਜੀ, ਫਿਰ ਅਸੀਂ ਖੜ੍ਹਦੇ ਕਿੱਥੇ ਹਾਂ? ਇਨਸਾਨੀਅਤ ਇਨਸਾਨ ਦੇ ਨਾਲ ਖੜ੍ਹਦੇ ਕਿੱਥੇ ਹਾਂ? ਅਸੀਂ ਪੈਸਿਆਂ ਨਾਲ ਖੜ੍ਹਦੇ ਹਾਂ, ਮੰਨਣਾ ਪੈਣਾ ਇਹਨਾਂ ਗੱਲਾਂ ਨੂੰ, ਅਸੀਂ ਜਿਹਦੇ ਕੋਲ ਪੈਸਾ ਨਾ ਉਹਦੇ ਨਾਲ ਖੜ੍ਹਦੇ ਹਾਂ, ਇਹ 'ਚ ਕੋਈ ਦੋ ਰਹਿਮਾ ਨਹੀਂ ਗੀਆਂ। ਅੱਜ ਜੋ ਦੇਖ ਰਹੇ ਹਾਂ ਜੋ ਹੋ ਰਿਹਾ ਨਾ ਇਸੇ ਤਰੀਕੇ ਦੇ ਨਾਲ ਹੀ ਆ। ਆਪਣੀ ਧੀ ਭੈਣ ਸਮਝਦੇ ਆ, ਉਹਨਾਂ ਸਭ ਦੇ ਘਰਾਂ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ, ਉਹਨਾਂ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਹੁੰਚਣੀ ਚਾਹੀਦੀ ਆ। ਹਾਂਜੀ ਹਾਂਜੀ, ਕਿ 9 ਫਰਵਰੀ ਦਿਨ ਸ਼ੁੱਕਰਵਾਰ, ਕਿਰਪਾ ਕਰਕੇ ਨੋਟ ਕਰ ਲਓ ਮੇਰੇ ਵੀਰ, ਕਿਰਪਾ ਕਰਕੇ ਨੋਟ ਕਰ ਲਓ, ਕੋਸ਼ਿਸ਼ ਕਰੋ ਆਪਣੇ ਲਾਗੇ ਕਿਤੇ ਕੋਈ ਪੈਨ ਕਾਪੀ ਰੱਖ ਲਿਓ ਨਾਲ। 9 ਫਰਵਰੀ ਦਿਨ ਸ਼ੁੱਕਰਵਾਰ 2024 ਠੀਕ 12 ਵਜੇ ਦੁਪਹਿਰ, ਠੀਕ 12 ਵਜੇ ਦੁਪਹਿਰ ਤ੍ਰਿਕੋਣੀ ਪਾਰਕ, ਨੇੜੇ ਤ੍ਰਿਕੋਣੀ ਪਾਰਕ, ਸਿੰਘ ਸਭਾ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ, ਉੱਥੇ ਠੀਕ 12 ਵਜੇ ਇਹ ਲੁਧਿਆਣੇ ਮੀਟਿੰਗ ਰੱਖੀ ਹੈ 9 ਫਰਵਰੀ ਦਿਨ ਸ਼ੁੱਕਰਵਾਰ ਨੂੰ। ਹਾਂਜੀ, ਅਤੇ ਬਾਕੀ ਗੱਲ ਇਸ ਤਰ੍ਹਾਂ ਆ ਵੀ ਕੁਛ ਭਰਾਵਾਂ ਨੇ ਨਾ ਮੈਨੂੰ ਮੈਸੇਜ ਕੀਤੇ ਸੀਗੇ, ਕੋਈ 3-4 ਭਰਾਵਾਂ ਨੇ, ਕਹਿੰਦੇ ਵੀ ਜਿਹੜੀ ਦਵਿੰਦਰ ਸਿੰਘ ਗੱਲ ਕਹਿੰਦਾ ਤੈਨੂੰ ਸਮਝ ਲੱਗਦੀ ਆ, ਕਹਿੰਦੇ ਵੀ ਦਵਿੰਦਰ ਸਿੰਘ ਜਿਹੜੀ ਗੱਲ ਕਹਿੰਦਾ ਤੈਨੂੰ ਸਮਝ ਲੱਗਦੀ ਆ। ਦੇਖੋ ਭਰਾਵੋ, ਮੈਨੂੰ ਤਾਂ ਸਮਝ ਲੱਗਦੀ ਆ, ਮੈਨੂੰ ਲੱਗਦਾ ਤੁਹਾਨੂੰ ਸਮਝ ਨਹੀਂ ਲੱਗਦੀਗੀ, ਅਤੇ ਹੁਣ ਸਮਝ ਲੈਣਾ ਆ। ਜੇ ਉਹੀ ਭਰਾ ਮੇਰੀ ਵੀਡੀਓ ਵੇਖਦਾ ਨਾ ਤਾਂ ਮੇਰਾ ਭਰਾ ਵੀਡੀਓ ਸਮਝਣਾ ਆ ਹੁਣ ਕੀ ਕਹਿਣਾ ਚਾਹੁੰਦੇ ਆ ਇਹ। ਉੱਥੇ ਸਾਰੀਆਂ ਜਿੰਨੀਆਂ ਵੀ ਨਿਹੰਗ ਸਿੰਘ ਜਥੇਬੰਦੀਆਂ ਦੇ ਚੇਅਰਮੈਨ ਨੇ, ਜਥੇਦਾਰ ਸਾਹਿਬਾਨ ਨੇ, ਰੰਗਰੇਟਾ ਜਥੇਬੰਦੀਆਂ, ਸਮੂਹ ਵਾਲਮੀਕ ਭਾਈਚਾਰਾ, ਵਾਲਮੀਕ ਟਾਈਗਰ ਫੋਰਸ ਜਾਂ ਹੋਰ ਜਿੰਨੀਆਂ ਵੀ ਜਥੇਬੰਦੀਆਂ ਬਣੀਆਂ ਹੋਈਆਂ ਨੇ, ਉਹ ਸਭ ਇਕੱਤਰ ਹੋਣਗੀਆਂ ਔਰ ਦੱਸਣਗੀਆਂ ਕਿ ਜੇਕਰ ਤੁਹਾਡੇ ਸਮਾਜ ਦੇ ਵਿੱਚ 4 ਕੰਜਰ ਨੇ, ਉੱਥੇ ਸਾਰਾ ਸਮਾਜ ਕਦੇ ਮਾਫ਼ ਕਰਨਾ ਮਾੜਾ ਨਹੀਂ ਆ। ਉੱਥੇ ਮਜ਼੍ਹਬੀ ਸਿੱਖ ਸਮਾਜ ਦੇ ਵਿੱਚ ਵੀ ਬੜੇ ਉੱਚ ਅਹੁਦੇ 'ਤੇ ਬੈਠੇ ਸਾਡੇ ਅਫਸਰ ਸਾਹਿਬਾਨ ਨੇ, ਉਹ ਵੀ ਸ਼ਮੂਲੀਅਤ ਕਰਨਗੇ, ਸਾਡੇ ਜਿੰਨੇ ਵੀ ਸਾਬਕਾ ਫੌਜੀ ਆ, ਕੈਪਟਨ ਲੈਵਲ ਦੇ ਬੰਦੇ ਆ, ਜਨਰਲ ਲੈਵਲ ਦੇ ਬੰਦੇ ਆ, ਜਿੰਨੇ ਵੀ ਮਜ਼੍ਹਬੀ ਸਿੱਖ ਵਾਲਮੀਕ ਭਾਈਚਾਰੇ ਰਵਦਾਸੀਆ ਭਾਈਚਾਰੇ ਦੇ ਬੁੱਧੀਜੀਵ ਲੋਕ ਨੇ, ਉਹ ਸਭ ਨੂੰ ਪਹੁੰਚਣ ਦੀ ਮੈਂ ਅਪੀਲ ਕਰਦਾ।
ਕਿ ਮੇਰਾ ਵੀਰੋ ਅਸੀਂ ਕੰਜਰਾਂ ਨਾਲ ਕੰਜਰ ਨਹੀਂ ਹੋਣਾ, ਨਹੀਂ ਹੋਣਾ, ਸਹੀ ਗੱਲ ਆ, ਬਿਲਕੁਲ ਨਹੀਂ। ਜੇ ਕੋਈ ਸਾਡੀ ਧੀ ਭੈਣ ਨੂੰ ਗਾਲ ਕੱਢਦਾ ਤਾਂ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਕਿ ਉਹਨੂੰ ਉਹਦਾ ਜਵਾਬ ਗਾਲ ਵਿੱਚ ਬਿਲਕੁਲ ਨਹੀਂ ਦੇਣਾ। ਇਹਦੇ ਵਿੱਚ ਉਹਨਾਂ ਦੇ ਵਿੱਚ ਅਤੇ ਸਾਡੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਸਿਆਣੇ ਕਹਿੰਦੇ ਆ ਖੋਤੇ ਵਿੱਚ ਅਤੇ ਘੋੜੇ ਵਿੱਚ ਫਰਕ ਤਾਂ ਹੁੰਦਾ ਨਾ, ਸੋ ਅਸੀਂ ਖੋਤਿਆਂ ਨਾਲ ਨਹੀਂ ਰਲਣਾ, ਅਸੀਂ ਘੋੜੇ ਆ ਗੁਰੂ ਦੇ ਅਤੇ ਘੋੜੇ ਬਣ ਕੇ ਵਿਖਾਉਣਾ, ਠੀਕ ਹੈ। ਇਸ ਕਰਕੇ ਜਿਹੜਾ ਵੀ ਤੁਹਾਨੂੰ ਮੈਂ ਹੱਥ ਜੋੜ ਕੇ ਅਪੀਲ ਕਰਦਾ ਪਹਿਲਾਂ ਹੀ, ਇਹ ਨਹੀਂ ਆ ਕਿ ਪਹਿਲਾਂ ਅਸੀਂ ਉਹ ਕਰ ਲਈਏ ਅਤੇ ਬਾਅਦ ਵਿੱਚ ਅਪੀਲਾਂ ਕਰਦੇ ਫਿਰੀਏ ਜੀ, ਨਹੀਂ ਜੀ ਉਹ ਕੰਮ ਕਰ ਦੇਣਾ। ਮੈਂ ਵੀਰੇ ਤੁਹਾਨੂੰ ਪਹਿਲਾਂ ਬੇਨਤੀ ਕਰਦਾ, ਅਸੀਂ ਗੁਰੂ ਦੇ ਸਿੱਖ ਹਾਂ, ਗੁਰੂ ਸਾਹਿਬ ਨੇ ਸਾਡੀ ਝੋਲੀ ਦੇ ਵਿੱਚ ਸਿੱਖੀ ਪਾਈ ਹੈ ਔਰ ਉਹਨਾਂ ਦੀ ਕਿਰਪਾ ਦੇ ਨਾਲ, ਉਹਨਾਂ ਦੀ ਰਹਿਮਤ ਨਾਲ ਸਿੱਖੀ ਮਹਾਰਾਜ ਨੇ ਦਿੱਤੀ ਆ ਅਤੇ ਆਪਾਂ ਸਾਂਭੀ ਵੀ ਆ ਉਹਨਾਂ ਨੂੰ। ਨਿਮਾਣੇ ਬਣ ਕੇ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਸਾਡੀ ਸਿੱਖੀ ਕੇਸਾਂ ਸਵਾਲ ਨਾਲ ਨਿਭਜੇ, ਕੇਸਾਂ ਸਵਾਸਾਂ ਦੇ ਨਾਲ ਨਿਭਜੇ, ਅਰਦਾਸ ਕਰਦੇ ਹਾਂ। ਸੋ ਜੇ ਕੋਈ ਤੁਹਾਡੀ ਧੀ ਭੈਣ ਨੂੰ ਮਾੜਾ ਬੋਲਦਾ ਹੈ ਨਾ, ਹੁਣ ਉਹਨਾਂ ਦਾ ਇਲਾਜ ਕੀ ਕਰਨਾ, ਇਹ ਕੌਮ ਤੈਅ ਕਰੇਗੀ, ਦਵਿੰਦਰ ਸਿੰਘ ਤੈਅ ਨਹੀਂ ਕਰੇਗਾ। ਦਵਿੰਦਰ ਸਿੰਘ ਦਾ ਕੰਮ ਸੀ, ਦਵਿੰਦਰ ਸਿੰਘ ਕੌਮ ਦਾ ਕੁੱਤਾ ਹੈ, ਦਵਿੰਦਰ ਸਿੰਘ ਕੌਮ ਦਾ ਇੱਕ ਚੌਂਕੀਦਾਰ ਹੈ, ਦਵਿੰਦਰ ਸਿੰਘ ਦਾ ਕੰਮ ਸੀ ਹੋਕਾ ਦੇਣਾ। ਸੋ ਮੇਰੀ ਡਿਊਟੀ ਹੁਣ ਖਤਮ ਹੋ ਗਈ ਹੈ, ਹੁਣ ਕੌਮ ਦੀ ਡਿਊਟੀ ਸ਼ੁਰੂ ਹੋ ਗਈ ਹੈ, ਹੁਣ ਕੌਮ ਦੇਖੇਗੀ ਕਿ ਕੀ ਕਰਨਾ ਹੈ। ਇਹਨਾਂ ਨੂੰ ਜਵਾਬ ਦੇਣਾ ਹੈ, ਕਿ ਜਵਾਬ ਦੇਣਾ, ਗੱਲ ਨੂੰ ਸਮਝਿਓ, ਇਹਨਾਂ ਨੂੰ ਜਵਾਬ ਦੇਣਾ ਕਿ ਜਵਾਬ ਦੇਣਾ, ਇਹ ਕੌਮ ਤੈਅ ਕਰੇਗੀ। ਸੋ ਮੈਂ ਆਸ ਕਰਦਾ ਕਿ ਤੁਸੀਂ ਡੇਟ ਨੋਟ ਕਰ ਲਈ ਹੋਏਗੀ, ਮੈਂ ਇੱਕ ਵਾਰੀ ਫਿਰ ਦੁਹਰਾ ਦਿਆਂ ਕਿ 9 ਫਰਵਰੀ ਦਿਨ ਸ਼ੁੱਕਰਵਾਰ 2024 ਠੀਕ ਦੁਪਹਿਰ 12 ਵਜੇ ਸਿੰਘ ਸਭਾ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੇੜੇ ਤ੍ਰਿਕੋਣੀ ਪਾਰਕ ਚੰਡੀਗੜ੍ਹ ਰੋਡ ਲੁਧਿਆਣਾ ਦੇ ਵਿੱਚ ਠੀਕ 12 ਵਜੇ ਜਿਹੜਾ ਵਾ ਤੁਸੀਂ ਸਾਰੇ ਭੈਣ ਭਰਾ ਉੱਥੇ ਪਹੁੰਚਣ ਦੀ ਤੁਹਾਨੂੰ ਅਪੀਲ ਹੈ। ਇਹ ਅੱਖਾਂ ਤੁਹਾਡਾ ਰਸਤਾ ਉਡੀਕਦੀਆਂ ਹੋਣਗੀਆਂ। ਮੈਂ ਆਪ ਭੈਣ ਭਰਾਵਾਂ ਦੇ ਪਹਿਲੀ ਵਾਰੀ ਦਰਸ਼ਨ ਕਰਾਂਗਾ, ਜਿਹੜੇ ਜਿਹੜੇ ਕੋਈ ਵੇਰੇ ਵੀਰ ਦੇ, ਕੋਈ ਗੰਗਾਨਗਰ ਤੋਂ ਫੋਨ ਕਰਨ ਡਿਆ, ਕੋਈ ਹਰਿਆਣੇ ਤੋਂ ਫੋਨ ਕਰਨ ਡਿਆ, ਕੋਈ ਕਿਤਿਓਂ ਕਿਤਿਓਂ, ਉਹਨਾਂ ਸਭ ਨੂੰ ਮੇਰੇ ਨੂੰ ਬੇਨਤੀ ਆ। ਹਾਂਜੀ, ਗੱਲਬਾਤ ਹੈਗੀ ਇਸ ਤਰ੍ਹਾਂ, ਗੰਗਾਨਗਰ ਅਸੀਂ ਗੰਗਾਨਗਰ ਗਈ ਹਾਂ। ਇੱਕ ਭਰਾ ਨੇ ਮੈਨੂੰ ਕਮੈਂਟ ਕੀਤਾ, ਕਹਿੰਦਾ ਤੂੰ ਤਾਂ ਰਾਜਸਥਾਨ ਦਾ, ਤੂੰ ਪੰਜਾਬ ਤੋਂ ਕੀ ਲੈਣਾ, ਹੱਦ ਹੋ ਗਈ ਆ, ਹੱਦ ਨਹੀਂ ਹੋ ਗਈ ਗੀ। ਧਰਨੇ ਲਾਉਣੇ ਆ ਤਾਂ ਸਾਰੇ ਇਕੱਠੇ ਹੋ ਜਾਓ, ਅਤੇ ਜੇ ਅਸੀਂ ਸੱਚ ਦੀ ਅਤੇ ਹੱਕ ਦੀ ਗੱਲ ਕਰਦੇ ਹਾਂ, ਕਿਸੇ ਦੇ ਬਲ ਦੀ ਗੱਲ ਕਰਦੇ ਹਾਂ, ਜਾਂ ਅਕਸਰ ਮੈਂ ਤਾਂ ਕਿਸੇ ਦੇ ਬਲ ਦੀ ਗੱਲ ਕਰਦੇ ਨਹੀਂ ਗਾ, ਆਪਾਂ ਤਾਂ ਹੱਕ ਦੀ ਗੱਲ ਕਰੀਦੀ ਵੀ ਜੋ ਬਣਦਾ ਆ, ਠੀਕ ਆ, ਫਿਰ ਤਾਂ ਤੁਸੀਂ ਆਓ ਸਾਰੇ ਇਕੱਠੇ ਹੋ ਕੇ, ਅਤੇ ਨਹੀਂ ਤਾਂ ਤੁਸੀਂ ਬੋਲੋ ਨਾ। ਹੁਣ ਕੋਈ ਭਰਾ ਮੈਨੂੰ ਦੱਸੇ ਵੀ ਵੀਰ ਜੀ ਹੁਣਾਂ ਨੇ ਕੋਈ ਗਲਤ ਗੱਲ ਕਹੀ ਆ, ਕੋਈ ਗਲਤ ਗੱਲ ਨਹੀਂ ਨਾ ਕਹੀ, ਲੇਕਿਨ ਇਹ ਕਮੈਂਟ ਕਰਨ ਵਾਲਿਆਂ ਦਾ ਇੱਕ ਨਾ ਜਿੱਦਾਂ ਇੱਦਾਂ ਦੇ ਬੰਦੇ ਆ ਜਿਹੜੇ ਬੋਲਦੇ ਆ, ਭਰਾ ਇੱਦਾਂ ਭੈਣਾਂ ਬਹੁਤ ਬੋਲਦੀਆਂ ਆ, ਉਹਨਾਂ ਦੇ ਥੱਲੇ ਜਾ ਕੇ ਕਮੈਂਟ ਕਰਨ ਦਾ ਮਤਲਬ ਇਹ ਹੀ ਹੁੰਦਾ ਵੀ ਇਹ ਸਾਨੂੰ ਗਾਲਾਂ ਕੱਢੇ, ਇਹ ਸਾਨੂੰ ਕੱਢੇ ਗਾਲਾਂ, ਅਤੇ ਫਿਰ ਅਸੀਂ ਵਿਖਾਈਏ ਵੀ ਆਹ ਦੇਖੋ ਦਵਿੰਦਰ ਸਿੰਘ ਗਾਲਾਂ ਕੱਢਦਾ ਵੀਡੀਓ 'ਚ ਵੇਖੋ, ਇਹ ਗੱਲਾਂ ਹੁੰਦੀਆਂ, ਹੋਰ ਕੁਛ ਵੀ ਨਹੀਂ ਹੁੰਦਾ ਗਾ। ਇਹਨਾਂ ਨੇ ਸਿਰਫ ਤੁਹਾਨੂੰ ਗਲਤ ਬੋਲਣ ਲਾਉਣਾ ਹੁੰਦਾ ਆ ਵੀ ਇਹ ਬੰਦਾ ਗਲਤ ਬੋਲੇ। ਦੇਖੋ ਡਾਕਟਰ ਨੂੰ, ਰੰਗਰੇਟੇ ਨੂੰ, ਗੁਰਿੰਦਰ ਨੂੰ ਪਹਿਲਾਂ ਵੀਡੀਓ ਕਰਦਾ ਹੁੰਦਾ ਸੀ, ਬਹੁਤ ਟਾਈਮ ਤੋਂ ਮੈਂ ਵੇਖ ਰਿਹਾ ਉਹਨੂੰ, ਤਾਂ ਕੋਈ ਗਾਲੀ ਗਲੋਚ ਨਹੀਂ ਸੀ, ਹਾਂ ਕੜਾਮ ਚੌਧਰੀ ਜਾਂ ਪੱਗਾਂ ਪਸਾਈਆਂ, ਸਿਰ ਪਸਾਏ ਪੱਗਾਂ 'ਚ, ਇੱਦਾਂ ਦੀਆਂ ਗੱਲਾਂ ਕਰਦਾ ਹੁੰਦਾ ਸੀਗਾ। ਫਿਰ ਉਹਨੂੰ ਕਮੈਂਟਾਂ ਆਉਣ ਲੱਗ ਪਈਆਂ ਧੀਆਂ ਭੈਣਾਂ ਨੂੰ ਗਾਲਾਂ ਕੱਢਣੀਆਂ, ਤੇਰੀ ਕੁੜੀ ਮੁਸਲਮਾਨ ਨਾਲ ਵਿਆਹ ਕਰਾ ਲਿਆ, ਤਾਂ ਕੋਈ ਫਿਰ ਕੀ ਹੋ ਗਿਆ, ਜੇ ਮੁਸਲਮਾਨ ਨਾਲ ਵਿਆਹ ਕਰਾ ਲਿਆ ਤਾਂ ਫਿਰ ਕੀ ਹੋ ਗਿਆ, ਕੋਈ ਗੁਨਾਹ ਹੋ ਗਿਆ।
ਅੱਛਾ, ਮੁਸਲਮਾਨਾਂ ਦੀ ਕੁੜੀ ਸਰਦਾਰਾਂ ਨਾਲ ਵਿਆਹ ਕਰਾ ਸਕਦੀ ਹੈ, ਉਹ ਜਾਇਜ਼ ਆ, ਅਤੇ ਜੇ ਸਰਦਾਰ ਦੀ ਕੁੜੀ ਨੇ ਮੁਸਲਮਾਨ ਨਾਲ ਕਰਾ ਲਿਆ ਤਾਂ ਫਿਰ ਕੀ ਹੋ ਗਿਆ? ਇਹ ਤਾਂ ਸਾਡਾ ਸੰਵਿਧਾਨ ਵੀ, ਜਾਂ ਤਾਂ ਕਹਿ ਦਿਉ ਵੀ ਇਹ ਅਲਾਊਡ ਨਹੀਂ ਗਾ ਇਹ ਇੰਡੀਆ ਦੇ ਵਿੱਚ, ਇਹ ਤਾਂ ਵਰਲਡ 'ਚ ਹੀ ਅਲਾਊਡ ਹੀ ਆ ਚੀਜ਼, ਕੋਈ ਵੀ ਕਿਸੇ ਨਾਲ ਸ਼ਾਦੀ ਕਰਾ ਸਕਦਾ 1800 ਬਸ ਆ, ਉਹਦੀ ਆਪਣੀ ਇੱਛਾ ਆ ਉਹਦੀ। ਅੱਛਾ, ਉਹਨੂੰ ਇੱਦਾਂ ਦੇ ਕਮੈਂਟ ਆਉਣ ਲੱਗ ਪਏ ਮਾਂ ਨੂੰ ਭੈਣ ਨੂੰ, ਜਾਣੀ ਜੀ ਉਹਦਾ ਫਿਰ ਉਹ ਗਾਲਾਂ ਕੱਢਣ ਲੱਗ ਪਿਆ। ਉਹ ਤੋਂ ਮਿਸਟੇਕ ਬੰਦੇ ਤੋਂ ਉੱਥੇ ਹੋ ਗਈ ਆ, ਡਾਕਟਰ ਨੇ ਉੱਥੇ ਮਿਸਟੇਕ ਕੀਤੀ ਆ, ਜਿੱਦਾਂ ਦੇ ਉਹਨੂੰ ਕਮੈਂਟ ਕਰਦੇ ਸੀ ਉੱਦਾਂ ਦਾ ਹੀ ਉਹ ਹੋ ਗਿਆ। ਜਦੋਂ ਬੰਦਾ ਸਾਊਂਡ ਆਉਂਦਾ, ਸੋਰੀ ਆ ਮੈਂ ਛੱਤ 'ਤੇ ਬੈਠਾ, ਧੁੱਪ ਸੇਕਦਾ ਸੀਗਾ। ਜਦੋਂ ਬੰਦਾ ਇੱਕ ਵਾਰੀ ਜਿਵੇਂ ਕਹਿੰਦੇ ਆ ਗਲਤ ਬੋਲਣ ਲੱਗ ਪਿਆ ਨਾ, ਜਵਾਬ ਦੇਣ ਲੱਗ ਪਿਆ, ਇਹ ਮੈਨੂੰ ਵੀ ਕਿਸੇ ਨੇ ਕਿਹਾ ਸੀ ਵੀ ਤੈਨੂੰ ਕੋਈ ਕਮੈਂਟ ਕਰਦਾ ਨਾ ਉੱਤੇ ਗਲਤ ਵੀਡੀਓ ਨਾ ਬੋਲਿਆ ਨਾ ਕਰ, ਇੱਦਾਂ ਕਰੀ ਜਾਣ ਦੇ, ਉਹ ਉਹਨਾਂ ਦਾ ਹਿਸਾਬ ਕਿਤਾਬ ਆ, ਉਹਨਾਂ ਦੀ ਅਕਲ ਆ, ਤੂੰ ਇੱਦਾਂ ਨਾ ਬੋਲਿਆ ਕਰ। ਮੈਂ ਉਹ ਫਿਰ ਵੀਡੀਓ ਮੈਂ ਡਿਲੀਟ ਹੀ ਕਰਤੇ ਵੀਡੀਓ, ਮੈਂ ਨਹੀਂ ਸਹੀ ਗੱਲ ਆ, ਮੈਂ ਇੱਦਾਂ ਨਹੀਂ, ਆਪਾਂ ਨਹੀਂ ਕਰਨਾ। ਜਿਹੜੀ ਭਾਅ ਜੀ ਹੁਣਾਂ ਨੇ ਗੱਲ ਕਹੀ ਆ ਵੀ ਆਪਾਂ ਘੋੜੇ ਹਾਂ ਖੱਚਰਾ ਨਹੀਂ ਬਣਨਾ ਗਾ ਆਪਾਂ ਨੇ, ਤਾਂ ਉਹ ਮੇਰੇ ਦਿਲ ਦੀ ਗੱਲ ਕਹੀ ਇਹਨਾਂ ਨੇ ਵੀ ਠੀਕ ਆ, ਤੁਸੀਂ ਜਿਹਨੂੰ ਸੋਹਣਾ ਨਹੀਂ ਲੱਗਦਾ ਨਾ ਵੀਡੀਓ, ਕੋਈ ਨਹੀਂ, ਜੇ ਤੁਹਾਨੂੰ ਗਾਲ ਕੱਢ ਕੇ ਤੁਹਾਡਾ ਦਿਲ ਖੁਸ਼ ਹੁੰਦਾ ਨਾ ਵੀ ਗਾਲ ਥੱਲੇ ਕਮੈਂਟ ਕਰਾਂਗੇ, ਤਾਂ ਐਵੇਂ ਭਾਈ ਦਿਲ ਖੁਸ਼ ਕਰ ਲਿਆ ਕਰੋ, ਠੀਕ ਆ। ਮੈਂ ਤਾਂ ਕਹਿੰਦਾ ਵੀ ਬੰਦੇ ਦਾ ਦਿਲ ਖੁਸ਼ ਹੋਣਾ ਚਾਹੀਦਾ, ਪਰ ਮਾੜੇ ਬੰਦੇ ਨਾ ਖੜੋ ਭਾਈ, ਖੜਨਾ ਪੈਣਾ ਆਪਾਂ ਨੂੰ, ਠੀਕ ਆ ਜੀ। ਬਸ ਇੰਨੀਆਂ ਕੁ ਗੱਲਾਂ ਬਾਤਾਂ ਸੀਗੀਆਂ, ਬਸ ਵੀਰ ਜੀ ਹੁਣ ਐਡਰੈਸ ਦੇ ਦਿੱਤਾ ਆ, ਇੰਨੀ ਕੁ ਗੱਲਬਾਤ ਤੁਹਾਡੇ ਨਾਲ ਕਰਨੀ ਸੀਗੀ, ਅਤੇ ਬਾਕੀ ਹੋਰ ਗੱਲਾਂ ਬਾਤਾਂ ਭਾਅ ਜੀ ਹੁਣਾਂ ਦੇ ਪੇਜ ਮੈਂ ਲਿੰਕ ਦੇ ਦੂੰਗਾ ਤੁਹਾਨੂੰ, ਭਾਅ ਜੀ ਹੁਣਾਂ ਦੀ ਵੀਡੀਓ ਦਾ, ਤੁਸੀਂ ਪੂਰਾ ਵੀਡੀਓ ਉੱਥੇ ਜਾ ਕੇ ਵੇਖ ਸਕਦੇ ਆ। ਜਿਉਂਦੇ ਰਹੋ, ਹੱਸਦੇ ਰਹੋ, ਵੱਸਦੇ ਰਹੋ, ਮੌਜਾਂ ਮਾਣੋ, ਖੁਸ਼ ਰਿਹਾ ਕਰੋ, ਟੈਨਸ਼ਨ ਨਹੀਂ ਲੈਣੀ। ਓਕੇ, ਬਾਏ, ਥੈਂਕ ਯੂ।